ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਵੀਲਾ ਤੇਜਾ ਮਾਲੇਵਾਲ ਦੇ ਪੁਲ 'ਤੇ ਵੀਰਜੀ ਹੋਣੀ ਰਹਿੰਦੀ ਹੈ, ਫੌਜੀ ਫਾਰਮ 'ਤੇ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਵਰਾਇਟੀ ਦੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ, ਵੱਡੇ ਮੁੱਲ ਛੋਟੇ ਮੁੱਲ ਆ ਸਾਰੇ ਪਸ਼ੂ ਜਿਹੜੇ ਤੁਸੀਂ ਦੇਖ ਸਕਦੇ ਸਾਰੇ ਵਿਕਾਊ ਆ। ਵੀਡੀਓ ਪੂਰੀ ਜ਼ਰੂਰ ਵੇਖਿਓ, ਕਾਫੀ ਗਿਣਤੀ 'ਚ ਗਾਵਾਂ ਜਿਹੜੀਆਂ ਵੀਰਜੀ ਹੋਣਾਂ ਕੋਲ ਹੁੰਦੀਆਂ ਵਾ, ਜ਼ਿਆਦਾ ਆਉਂਦੀਆਂ ਤਾਂ ਹਰ ਵਰਾਇਟੀ ਦੀਆਂ ਪਰ ਜ਼ਿਆਦਾਤਰ ਜਰਸੀਆਂ ਹੀ ਹੁੰਦੀਆਂ ਵੀਰ ਜੀ ਉਹਨਾਂ ਕੋਲ। ਅਤੇ ਅੱਜ ਇੱਕੋ ਹੀ ਸੂਈ ਤੁਹਾਨੂੰ ਵਿਖਾਉਣੀ, ਬਾਕੀ ਸਾਰੀਆਂ ਗੱਬਣਾਂ ਹੀ ਤੁਹਾਨੂੰ ਵਿਖਾਉਣੀਆਂ ਵਾ। ਅਤੇ ਇੱਥੇ ਆ ਗਏ ਆਪਣੀਆਂ ਪਾਸ ਕਰਕੇ, ਤਸੱਲੀ ਕਰਕੇ, ਵੇਸ ਚਾਹ ਕੇ ਖੜੋ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਬੜੀ ਬਾਬੇ ਨਾਨਕ ਦੀ ਕਿਰਪਾ ਜੀ। ਕਿਰਪਾ ਤੇ ਹੈਗੀ ਆ ਤੇ ਬੜੇ ਟਾਈਮ ਲਾਤਾ ਜੀ ਯਾਰ। ਕੀ ਟਾਈਮ ਹਰਪ੍ਰੀਤ ਭਾਜੀ, ਤੁਹਾਨੂੰ ਪਤਾ ਦੀਵਾਲੀ ਤੇ ਜਨਵਰ ਖੜੇ ਸੀ। ਹਾਂਜੀ ਹਾਂਜੀ। ਤੇ ਇੱਕ ਅੰਕਲ ਜੀ ਝੋਨਾ ਝੋਨਾ ਡੇ ਵਢਾਉਣ ਮੁੜ ਕੇ ਕਣਕ ਕਣਕ ਬੀਜਣ ਡਿਆ ਵੇ। ਠੀਕ ਆ। ਤੇ ਇੱਕ ਆਪਣੇ ਕੋਲ ਸ੍ਰੀਨਗਰ ਵਾਲੇ ਵੀਰ ਆਏ ਸੀ। ਅੱਛਾ। ਹਾਂਜੀ ਉਹ ਮਾਲ ਲਈ ਗਏ, ਉਦਾਂ ਵੀਰ ਭਰਾ ਵੇਚਣ ਵਾਲੇ ਇੱਕ ਦੋ ਰੋਜ਼ ਖੜਦੇ ਰਹੇ ਆ। ਠੀਕ ਆ। ਤੇ ਹੁਣ ਲਗਾਤਾਰ ਹੀ ਵੀਡੀਓ ਪਿਆ ਕਰੂਗੀ। ਕੱਲ ਹੀ ਵਛੀਆਂ ਆਪਣੇ ਕੋਲ 15 ਸੀ, ਰਾਤੀ 4 ਵਛੀਆਂ ਦੇ ਵੇਚਣ ਵਾਲੇ ਵੀਰ ਲੈ ਕੇ ਹੁਣ ਵੀ 10,000 ਡੰਗਰ ਪਾਵਾਂਗੇ। ਫੌਜੀ ਭਾਜੀ ਦਾ ਮੈਨੂੰ ਪਰਸੋਂ ਫੋਨ ਆਇਆ ਸੀ ਤੇ ਕੱਲ ਫਿਰ ਅਸੀਂ ਪ੍ਰੋਗਰਾਮ ਤੇ ਸੀ ਤੇ ਅਸੀਂ ਫਿਰ ਆਇਆ ਨਹੀਂ ਗਿਆ ਸਾਡੇ ਕੋਲ। ਚਲੋ ਨਾਮ ਦੱਸ ਦੋ ਭਾਜੀ। ਆਪਾਂ ਵਛੀਆਂ ਆਪਣੇ ਕੋਲ ਸ਼ਾਹੀਵਾਲ ਵੀ ਆ। ਅੱਛਾ। ਗਿਰ ਵੀ ਆ, ਜਲਸੀ ਵੀ ਆ, ਅੱਜ ਸਾਰੀ ਵੈਰਾਇਟੀ ਭਰਾਵਾਂ ਨੂੰ ਦਿਖਾਵਾਂਗੇ ਵੀਰਾਂ ਨੂੰ। ਤੇ ਨਾਮ ਦੱਸ ਦਈਏ ਕਦੇ? ਨਾਮ ਦੀਪ ਸਿੰਘ ਜੀ। ਹਾਂਜੀ। ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ ਜੀ। ਤੇ ਫੋਨ ਨੰਬਰ ਹੈਗਾ 98 7 29 09 05 ਅੱਛਾ 81 950 55 50। ਠੀਕ ਹੈ। ਰਹਿੰਦੇ ਆਪਾਂ ਮਾਲੇਵਾਲ ਦੇ ਪੁਲ ਤੇ। ਮਾਲੇਵਾਲ ਦਾ ਪੁਲ ਬਿਲਕੁਲ ਨਾਲ ਹੀ ਹਨਾ, ਮੇਨ ਰੋਡ ਦੇ ਉੱਪਰ ਹੀ ਘਰ ਹੈ ਆਪਣਾ। ਡੇਰਾ ਰੋਡ ਦੇ ਫਤਿਹਗੜੋਂ ਕਿਸੇ ਨੇ ਆਉਣਾ ਵੀਰ ਭਰਾ ਨੇ, ਰਵਿਦਾਸ ਚੌਂਕ ਚੋਂ ਕਿਸੇ ਨੂੰ ਪੁੱਛ ਲੈ ਡੇਰਾ ਰੋਡ ਜਾਣਾ। ਹਾਂਜੀ। ਤੇ ਉੱਤੇ ਸੜਕ ਦੇ ਮਾਲੇਵਾਲ ਬੋਰਡ ਲੱਗਾ, ਫੌਜੀ ਫਾਰਮ ਦਾ। ਫੌਜੀ ਫਾਰਮ ਦਾ ਸੜਕ ਦੇ ਉੱਤੇ ਵੀ ਬੋਰਡ ਲੱਗਾ ਹੈ ਹਨਾ। ਠੀਕ ਹੈ। ਅੱਜ ਹਰਪ੍ਰੀਤ ਭਾਜੀ ਨਿੱਕੇ ਨਿੱਕੇ ਰੇਟ ਹੀ ਕਰਨੇ ਆ। ਅੱਛਾ। ਹਾਂਜੀ, ਅੱਜ ਵਾਵ ਨਹੀਂ ਲੰਘਣ ਦੇਣੀ, ਗੁਰਪ੍ਰਭ ਦਾ ਕਰਕੇ ਅੱਜ ਆਫਰ ਹੀ ਲਾ ਦੇਣੀ। ਤੇ ਉਤਰਾ ਕਹਿੰਦੇ ਬਾਜ਼ਾਰ ਤੇਜ਼ ਹੋ ਗਿਆ, ਬਾਜ਼ਾਰ ਲੋਕਾਂ ਦਾ ਤੇਜ਼ ਹੋ ਗਿਆ, ਅਸੀਂ ਹਰਪ੍ਰੀਤ ਭਾਜੀ ਨਿੱਕੇ ਨਿੱਕੇ ਰੇਟ ਰੱਖਣੇ ਆ। ਅੱਛਾ। ਹਾਂਜੀ ਚਲੋ ਵੇਖ ਲੈਂਦੇ ਆ ਫਿਰ। ਹਰਪ੍ਰੀਤ ਭਾਜੀ ਸ਼ਾਹੀਵਾਲ ਵਛੀ ਆ ਪਹਿਲਾਂ। ਠੀਕ ਆ। ਅਜੇ ਗੱਬਣ ਆ ਹਨਾ, ਗੱਬਣ ਆ ਠੰਡੀ ਠੰਡੀ ਕੋ 10 12 ਕਿੱਲਾ ਚੌਗੀ ਵਛੀ ਆ, ਪਹਿਲੇ ਨੂੰ ਵਛੀ ਬਾਕੀ ਠੰਡੀ ਠੰਡੀ ਬੜੀ ਆ, ਦਿਖਾ ਦਿੰਦੇ ਆ। ਗੁਲਾਬੀ ਹਰਪ੍ਰੀਤ ਭਾਜੀ ਵਛੀ ਨੂੰ ਥਾਣ ਲੱਗਾ, ਭਾਰ ਦੇ ਹੁੰਦਾ ਜੀ, ਬਾਕੀ ਠੰਡੀ ਠੰਡੀ ਬੜੀ ਆ, ਥਾਣ ਦਿਖਾ ਦਿਓ ਇਧਰੋਂ ਮੜਾ ਜਾ। ਹਾਂ ਦੇ ਸਾਡੇ ਥਾਣੇ ਦੇ ਬਾਕੀ ਢਲਾਂ ਢਲਾਂ ਬੜੀ, ਦੋਵਾਂ ਪਾਸੇ ਤੋਂ ਬਹਿ ਜਾ ਥਲੇ ਵਛੀ ਦੇ। ਮੇਨ ਵਾਦਾ ਇਹਦਾ ਇਹ ਆ ਵੀ ਹੈਗੀ ਠੰਡੀ ਧੀਰੀ ਆ, ਵੀਰਾਂ ਦੀ ਡਿਮਾਂਡ ਸੀ ਫੋਨ ਆਉਂਦੇ ਸ਼ਾਹੀ ਵਾਲੀ ਵਛੀ ਲੈਣੀ ਠੰਡੀ ਧੀਰੀ ਤੇ ਠੰਡੀ ਧੀਰੀ ਹੋਵੇ, ਬਾਕੀ ਉਤਰਾ ਸਾਂਭੀ ਸੁੰਭੀ ਚੰਗੀ ਆ, ਕੱਦ ਵਜਨ ਚ ਚੰਗੀ ਆ। ਹਰਪ੍ਰੀਤ ਭਾਜੀ ਚੰਗੀ ਸਾਂਭੀ ਆ ਵੀਰ ਨੇ। ਦੁੱਧ ਕਿੰਨਾ ਕੱਟੀ ਜਾਊਗੀ ਇਹ? ਹਰਪ੍ਰੀਤ ਭਾਜੀ ਬਹੁਤਾ ਨਹੀਂ, ਅਸੀਂ ਕਹਿੰਦੇ 14-15 ਕਿਲੋ ਅਰਮਾਨ ਨਾਲ ਕੱਟੀ ਜਾਊਗੀ ਪਹਿਲਾਂ ਵਛੀ। ਤੇ ਮੁੱਲ ਇਹਦਾ ਫਿਰ? ਮੁੱਲ ਹਰਪ੍ਰੀਤ ਭਾਜੀ ਤੁਹਾਨੂੰ ਪਤਾ ਸੋਨੇ ਦਾ ਮੁੱਲ ਕੀ ਹੁੰਦਾ। ਅੱਛਾ। ਹਾਂਜੀ ਕਿੰਨੇ ਰੇਟ ਹਰਪ੍ਰੀਤ ਭਾਜੀ? ਇਹੋ ਜਿਹੀਆਂ ਵਛੀਆਂ ਲੋਕੀ 50 ਵੀ ਕਰਨ ਦੇ, 55 ਵੀ ਕਰ ਦਿੰਦੇ ਆ। ਹਾਂਜੀ। ਫੌਜੀ ਫਾਰਮ ਤੇ ਹੋਰ ਰੇਟ ਨਹੀਂ ਹੋਣਾ। ਅੱਛਾ। ਹਰਪ੍ਰੀਤ ਭਾਜੀ 42,000 ਮੁੱਲ ਆ, 2,000 ਛੋੜ 40 ਦੇ ਦਾਂਗੇ। 40,000 ਦੀ? ਹਾਂਜੀ ਬਹੁਤ ਚੰਗੀ, ਬਾਕੀ ਵਛੀ ਥਾਂ ਥਾਂ ਦੇ ਹੋਰ ਕਰ ਦਈਏ ਮਾਨ ਤਨ, ਤੁਸੀਂ ਕਰਾ ਲਓ ਥੋੜਾ ਬਹੁਤ, ਦੋ ਹੀ ਹੋਰ ਛੱਡ ਦਈਏ ਫਿਰ। 38 ਦੇ ਹਰਪ੍ਰੀਤ ਭਾਜੀ ਦੇਵਾਂਗੇ, ਬਾਕੀ ਜੇ ਕੋਈ ਵੀਰ ਭਰਾ ਆਊਗਾ ਮੌਕੇ ਤੇ ਛੋੜ ਛਾੜ ਹੋਰ ਮਾਨ ਤਨ ਕਰ ਦਾਂਗੇ। ਫੋਨ ਕੋ ਲਾਵੇ ਜ਼ਰੂਰ ਇੱਕ ਵਾਰੀ ਹਨਾ। ਤੇ ਹੁਣ ਆ ਜਿਹੜੀ ਜੇ ਗਾੜੀ ਹਰਪ੍ਰੀਤ ਭਾਜੀ ਜਲਸੀ ਵਛੀ। ਠੀਕ ਆ। ਹਾਂਜੀ ਇਹ ਹਰਪ੍ਰੀਤ ਭਾਜੀ ਜੋੜਾ ਹੀ ਇੱਥੋਂ ਆਪਣੇ ਲਾਗੋਂ ਹੀ ਲਿਆ ਰਿਸ਼ਤੇਦਾਰਾਂ ਕੋਈ। ਅੱਛਾ। ਇਹ ਦੂਜਾ ਸੁਗਾ ਵਾ, ਇਹ ਦੁੱਧ ਕੱਢਦੀ ਰਹੀ ਉਹਨਾਂ ਕੋਲ 13-14 ਕਿਲੋ। ਐਰ ਕੀ ਕਿੰਨਾ ਕੱਢ? ਦੂਜਾ ਸੁਗਾ ਕੋਈ ਵੀਰ ਚੰਗੀ ਸੇਵਾ ਕਰੂ 17-18 ਕਿਲੋ, 16-17 ਕਿਲੋ ਅਰਮਾਨ ਨਾਲ ਜਵਾਊ। ਤੇ ਬਾਕੀ ਸਾਂਭੀ ਸੁੰਭੀ ਇਹ ਵੀ ਚੰਗੀ ਨਿਗਰ ਆ ਪੂਰੀ, ਹਲੇ ਹਫਤਾ ਖੜਦੀ ਆ ਰੁਪਈ ਭਾਜੀ ਉਹਦੇ ਕੱਦ ਵਜਨ ਚ ਆ ਵੀ। ਚਲੋ ਲੈ ਜਾਓ ਜੀ, ਪੰਜਾਬ ਵਾਲੀਆਂ ਜਲਸੀ ਆ।
ਬਰਾਬਰ ਹੀ ਕਰ ਦੀ ਫਿਰ ਜਿੰਨੇ ਦੀ ਉਹਨੇ ਦੀ ਅਠੱਤੀ ਅਠੱਤੀ ਦੇ ਹਿਸਾਬ ਨਾਲ ਦੇ ਦਿਆਂਗੇ ਕਹਿੰਦੇ ਚਲੋ ਲੈ ਜਾ ਫਿਰ ਹਾਂ ਦੇਖ ਸਕਦੇ ਥਾਣੇ ਦੇ ਦੂਰ ਦੂਰ ਆ ਚਲੋ ਲੈ ਜਾ ਅਜੇ ਇਹਨੇ ਭਰ ਜਾਣਾ ਸੁਣਦਿਆਂ ਤੱਕ ਹੋਰ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਹਰਪ੍ਰੀਤ ਭਾਜੀ ਇਹ ਵੀ 40 ਦੋ ਹੀ ਛੱਡ ਦਾਂਗੇ ਇਹਦਾ ਅੱਛਾ ਵੀ 38 ਦੀ 38 ਦੇ ਦਾ ਠੀਕ ਹੈ ਜੀ ਤੇ ਹੁਣ ਆਹ ਕਿਹੜੀ ਵੈਰਾਈਟੀ ਲੈ ਦਿੱਤੀ ਜੀ ਇਹ ਹਰ ਪ੍ਰੀਤ ਭਾਜੀ ਗੇਰ ਵਛੀ ਪਹਿਲਾ ਸੂਗਾ ਗੱਬਣੇ ਆ ਜੀ ਗੱਬਣੇ ਆ ਇਹ ਵਛੀ ਕੋਈ ਦਿਨ ਲੈ ਜੂਗੀ ਹਰ ਪ੍ਰੀਤ ਭਾਜੀ ਕੋਈ 12 13 ਕੱਦ ਕਾਠੇ ਦਾ ਸਾਰੀਆਂ ਦਾ ਇੱਚ ਆਇਆ ਹਨਾ ਹਰ ਪ੍ਰੀਤ ਭਾਜੀ ਇਹ ਆਪ ਹੀ ਅੰਕਲ ਹੁਣਾਂ ਨੇ ਲਿਆ ਕੇ ਦਿੱਤੀ ਸੀ ਮਛੀ ਅੱਛਾ ਇਹ ਉਦੋਂ ਲਿਆਉਂਦੇ ਰਾਜਸਥਾਨ ਤੋਂ ਮਈਆਂ ਤੇ ਉਦੋਂ ਇਹਨਾਂ ਮਛੀ ਲਿਆ ਕੇ ਦਿੱਤੀ ਸੀ ਗੇਰ ਰਿਸ਼ਤੇਦਾਰਾਂ ਨੂੰ ਠੀਕ ਆ ਹੁਣ ਟੁੱਕੀ ਆ ਤੇ ਆਪਾਂ ਲੈ ਲਈ ਆ ਠੰਡੀ ਤੇਰੀ ਉਤਰ ਆਏ ਵੀ ਹਾਂਜੀ ਠੰਡੀ ਤੇਰੀ ਆ ਬੱਚਾ ਲਿਆ ਕੇ ਦਿੱਤਾ ਛੋਟਾ ਜਿਹਾ ਉਹਨੂੰ ਅੱਛਾ ਥੋੜਾ ਡਰਦੀ ਯਾਤਰਾ ਇਹ ਕਿੰਨਾ ਟਾਈਮ ਖੜਦੀ ਹਲੇ ਹਰ ਪ੍ਰੀਤ ਭਾਜੀ 12 13 ਦਿਨ ਲੈ ਜੂਗੀ ਬਾਕੀ ਇਹ ਆ ਵੀ ਗੱਬਣ ਪਸ਼ੂ ਦੇ ਦਿਨਾਂ ਦਾ ਅੰਦਾਜ਼ਾ ਹੁੰਦਾ ਵਾ ਦਿਨ ਵੱਧ ਵੀ ਖੜ ਸਕਦੀਆਂ ਤੇ ਪਹਿਲਾਂ ਵੀ ਸੂ ਸਕਦੀਆਂ ਵਾ ਇਹਨੇ ਹਰ ਪ੍ਰੀਤ ਭਾਜੀ 12 13 ਦਿਨ ਖੜਦੀ ਵੱਧ ਨਹੀਂ ਖੜੂਗੀ ਤੇ ਇਹਦਾ ਮੁੱਲ ਹਰ ਪ੍ਰੀਤ ਭਾਜੀ ਵੇਖੋ ਗਿਰਵੜ ਆ ਇਹਨਾਂ ਦੀਆਂ ਮਸ਼ੀਨਾਂ ਦੇ 55 55 ਡੇ ਮੰਗਣਾ ਹਾਂਜੀ ਆਪਾਂ ਜਾਇਜ ਕਰ ਦੇਣਾ ਕਿੰਨਾ ਕਰ 45 ਦੇ ਦੇਣੀ ਉਹ ਚ 2000 ਮੰਗਣਾ ਅੱਛਾ ਚਲੋ ਯਾਰ ਹੋਰ ਕਰ ਦਿਓ 42 ਦੇ ਦਿਓ ਫਿਰ 40 ਦੀ ਹਰ ਪ੍ਰੀਤ ਭਾਜੀ ਦੇ ਦਾਂਗੇ ਅੱਛਾ 40 ਦੇ ਦਿਓ 40 ਦੇ ਦਾਂਗੇ ਕੋਈ ਵੀਰ ਭਰਾ ਸਾਹਮਣੇ ਘਰ ਵਰਤਣ ਲਈ ਦੁੱਧ ਚੰਗਾ ਦੁੱਧ ਉਹਨਾਂ ਨੇ ਓਦਾਂ ਆਪਾਂ ਸ਼ਾਹੀ ਵਾਲ ਵਛੀਆਂ ਪਾਉਣੀਆਂ ਸੀ ਦੋ ਇੱਕ ਡਾਕਟਰ ਸਾਹਿਬ ਲੈ ਕੇ ਤੁਹਾਡੇ ਲਾਗੋ ਅੰਬਰਸਰੋਂ ਠੀਕ ਹੈ ਜੀ ਇਹ ਹਰ ਪ੍ਰੀਤ ਭਾਜੀ ਨਿੱਕੇ ਨਿੱਕੇ ਰੇਟ ਆ ਗਏ ਆ ਗਾੜੀ ਹੁਣ ਹੋਰ ਛੋਟੇ ਰੇਟ ਕਰਦੇ ਆ ਬਾਕੀ ਕੱਦ ਵੀ ਥੋੜੇ ਛੋਟੇ ਹੋ ਗਏ ਆ ਤੇ ਰੇਟ ਵੀ ਹੁਣ ਛੋਟੇ ਹੋ ਜਾਣੇ ਆ ਹਰ ਪ੍ਰੀਤ ਭਾਜੀ ਥੋੜੇ ਪੱਠੇ ਪਾਉਣੇ ਆ ਤੇ ਥੋੜੇ ਥਾਂ ਤੇ ਰੱਖਣ ਵਾਸਤੇ ਦੁੱਧ ਜ਼ਿਆਦਾ ਠੀਕ ਆ ਕਿੰਨੇ ਕ ਦੁੱਧ ਵਾਲੀ ਆ ਇਹ ਹਰ ਪ੍ਰੀਤ ਭਾਜੀ 10 ਕਿਲੋ ਦੇ ਲਾਗੇ ਚਵਾਈ ਜਾਊਗੀ ਤੇ ਸੂਆ ਹਾਂਜੀ ਸੂਆ ਦਾ ਪਹਿਲਾ ਉਹਦੇ ਕਹਿੰਦੇ ਆਪਾਂ ਦੂਜਾ ਲਾ ਲਾ ਦੂਜਾ ਵੀ ਹੋ ਸਕਦਾ ਆ ਚਲੋ ਲੈ ਜਾਓ ਫਿਰ ਦੁੱਧ 8 9 ਕਿਲੋ ਚਵਾਈ ਜਾਊਗੀ ਜਾਣ ਦੋ ਇਹਦਾ ਫਿਰ ਮੁੱਲ ਹਰਪ੍ਰੀਤ ਭਾਜੀ ਨਿੱਕੇ ਨਿੱਕੇ ਮੁੱਲ ਕਰਨੇ ਆ ਹਰਪ੍ਰੀਤ ਭਾਜੀ ਬੱਚੀ ਦੇ ਜਦੋਂ ਤਿਆਰ ਹੋ ਗਈ ਚਮਚੀ 35,000 ਦੀ ਆ ਹਾਂਜੀ ਆਪਾਂ ਜਾਇਜ ਦੇ ਦੇਣੀ ਕਿੰਨੇ ਦੀ 30,000 ਦੀ ਹਰ ਪ੍ਰੀਤ ਭਾਜੀ ਦੇ ਦੇਣੀ 1000 ਹੋਰ ਛੋੜ ਕਰ ਦੀ 28 ਦੀ ਦੇ ਦਾਂਗੇ ਠੀਕ ਆ ਹਾਂਜੀ ਕੋਈ ਮੌਕੇ ਤੇ ਵੀਰ ਭਰਾ ਆਊਗਾ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਵੀਰ ਭਰਾ ਆਊਗਾ
ਗਾੜੀ ਆ ਗਈ ਝੁੰਗੀ ਨਿਕਾ ਨਿਕਾ ਸਿੰਘ ਆ ਗਿਆ ਬਾਕੀ ਝੋਲੀ ਖਾ ਲਓ ਬਹੁਤ ਜ਼ਿਆਦਾ ਬਣੂ ਬੜੀ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ ਵੀ ਠੰਡੀ ਧੇਰੀ ਇਸ ਤਰ੍ਹਾਂ ਰੱਸੀ ਸੁੱਟ ਕੇ ਤੇ ਦੋਵਾਂ ਜਣੇ ਥੱਲੇ ਬਹਿ ਜਾਣਾ ਚਲੋ ਫਿਰ ਆ ਜਾ ਬਾਕੀ ਛੇਤੀ ਸੂ ਪੈਣਾ ਇਹਨੇ ਤੇ ਇਹਦਾ ਫਿਰ ਮੁੱਲ ਜਿਹੜਾ ਮਰਜੀ ਵੀਰ ਭਰਾ ਲੈ ਅਠਾਈ ਦੀ ਆ ਲੈ ਹੋਰ ਵੀ ਛੋਟਾ ਮੁੱਲ ਹੈਗਾ ਜੇ ਕੋਈ ਹੋਰ ਛੋਟਾ ਮੁੱਲ ਹਰਪ੍ਰੀਤ ਭਾਜੀ ਗਿਫਟ ਨੀ ਕੋਈ ਪਾਉਂਦਾ ਅੱਛਾ ਜੀ ਫਾਰਮ ਤੇ ਪੈਣਾ ਜੀ ਠੀਕ ਹੈ ਜੀ ਛੇ ਸੱਤ ਕਿਲੋ ਇਸ ਟਾਈਮ ਬੋਲੀ ਤਿਆਰ ਆ ਕੋਈ ਵੀਰ ਚੰਗੀ ਸੇਵਾ ਗਾਂ ਹਾਲੇ ਪੱਠੇ ਪੁੱਠੇ ਆਪਣੇ ਨਹੀਂ ਏਦਾਂ ਛਟਾਲਾ ਛਟਾਲਾ ਹੈਗਾ ਦੁੱਧ ਵੀ 8-9 ਕਿਲੋ ਅਰਮਾਨ ਨਾਲ ਦੱਸ ਚਲਾਈ ਜਾਊ ਠੀਕ ਹੈ ਲੈ ਆਓ ਜੀ ਇਹਦਾ ਇੱਕ ਪਾਸੇ ਦਾ ਸਿੰਗ ਟੁੱਟਾ ਜੀ ਖੋਖ ਲੱਥਾ ਆ ਆ ਵਛੀ ਦੇ ਮਗਰ ਆਹੀ ਕੱਲੀ ਸੂਈ ਹੈ ਬਾਕੀ ਸਾਰੀਆਂ ਹੀ ਕੱਪੜਾ ਹਰਪ੍ਰੀਤ ਭਾਜੀ ਦੇ ਦਿਆ ਜੈ ਜੈ ਨੂੰ ਸਾਰਾ ਸਿਆਲ ਵੀਰ ਮੇਰਾ ਜਿੱਦਾਂ ਮੱਜੀ ਦੁੱਧ ਪੀ ਗਿਆ ਮੰਗਾ ਹੇਰ ਇਹਨੇ ਦੀ ਵਿਕ ਜਾਣੀ ਤੋਕੜੇ ਜਨੇ ਕਿੰਨੇ ਦੀ ਵੇਚਣੀ ਹੈ ਕਿੰਨੇ ਦੀ ਦੇਣੀ ਆਏ ਹਰਪ੍ਰੀਤ ਭਾਜੀ 23,000 ਦੀ ਦੇ ਦਈਏ ਹੋਰ ਕਰ ਦਈਏ ਇੱਕੋ ਗੱਲ ਹਰਪ੍ਰੀਤ ਭਾਜੀ ਗਿਫਟ ਹੀ ਪਾਉਣਾ ਜੇ ਇਹ ਚਾਹਣ ਵੀਰ ਕੋਈ ਘੱਟ ਵੱਧ ਨਾ ਕਵੇ ਅੱਛਾ 20,000 ਦੀ ਜਸ ਨੂੰ ਦੇ ਅੱਛਾ 20,000 ਦੀ 20,000 ਦੀ ਠੀਕ ਹੈ ਜੀ ਕੋਈ ਜਿਹੜਾ ਲੈ ਗਿਆ ਛਟਾਲਿਆਂ ਦੁੱਧ 10 ਕਿਲੋ ਚਵਾਈ ਜਾਊਗੀ ਨਜ਼ਾਰੇ ਲਟੂਗਾ ਸੋਹਣਾ ਥਾਨ ਲੱਗਾ ਤੇ ਮਗਰ ਵੀ ਬੱਚੀ ਹੈ ਠੀਕ ਹੈ ਜੀ ਗਾਲੀਆਂ ਪਿੱਪਾ ਜੀ ਡੱਬੀ ਵਹਿ ਲੱਗੀ ਖੋਲੋ ਤੋਰੋ ਫਿਰ ਇਹਨੂੰ ਵੀ ਇਹ ਹਰ ਪਿਆ ਤੇਰਾ ਸੋਆ ਕਿਨਵਾ ਸੋਣਾ ਇਹਨੇ ਇਹਨੇ ਦੂਜਾ ਪਿਆ ਸੋਣਾ ਦੂਸਰਾ ਸੋਆ ਇਹਨੇ ਸੋਣਾ ਹੈ ਇਹ ਵੀ ਬਹੁਤ ਬਾਕੀ ਠੰਡੀ ਠੰਡੀ ਪਈ ਹੈ ਚਲੋ ਲੈ ਜਾ ਫਿਰ ਠੀਕ ਹੈ ਜੀ ਜੰਮੀ ਪਲੀ ਚੰਗੀ ਆ ਕੱਦ ਹਿਸਾਬ ਦਾ ਹੀ ਆ
ਜਿੱਡੀਆਂ ਕਿ ਜਰਸੀਆਂ ਹੁੰਦੀਆਂ ਉੱਡਾ ਕੀ ਆ ਆਜੋ ਲੈ ਆਓ ਬਾਕੀ ਇਹ ਵੀ ਠੰਡੀ ਤੇਰੀ ਆ ਠੀਕ ਆ ਜੀ ਤੇ ਇਹਦਾ ਫਿਰ ਮੁੱਲ ਇਹਦਾ ਹਰ ਤੁਸੀਂ ਭਾਜੀ ਇਹਦਾ ਵੀ ਜਾਰੀ ਕਰ ਦੇਣਾ ਕਿੰਨਾ ਕੁ ਮੁੱਲ ਭਾਵੇਂ ਇਹਦਾ 28 ਕਰੀਏ ਜੋ ਮਰਜ਼ੀ ਕਰੀਏ ਹਾਂਜੀ ਇਹ ਹਾਂ ਨਾ 5000 ਦੇ ਦੇਣਾ ਅੱਛਾ 5000 ਦੀ 5000 ਦੇ ਦੇਣਾ ਠੀਕ ਹੈ ਤੇ ਹੁਣ ਆ ਵੀ ਗੱਬਣੇ ਇਹ ਗੱਬਣਾ ਕੀ ਤੋਰਦਾ ਫਿਰ ਇਹਨੂੰ ਇਹ ਕਿੰਨੇ ਕੁ ਦੁੱਧ ਵਾਲੀ ਜੇ ਹਾਂ ਤੁਸੀਂ ਭਾਜੀ ਇਹ ਵੀ 10000 ਕਿਲੋ ਚਵਾਈ ਜਾਓ ਥਣ ਥਣ ਬਹੁਤ ਚੰਗਾ ਲੱਗਾ ਠੰਡੀ ਠੰਡੀ ਜੇ ਚਲੋ ਆ ਜਾਓ ਲੈ ਆਓ ਫਿਰ ਬਾਕੀ ਇੱਥੇ ਆ ਪਿੱਛੇ ਗੱਡੀ ਲੱਗੀ ਜੇ ਇਹਦੇ ਮਾਸਾ ਗੱਡੀ 'ਚ ਕਈ ਵਾਰੀ ਲੌਂਚ ਡਾਊਨ ਲੱਗਿਆ ਪਿੱਛੇ ਲੱਗ ਜਾਂਦੀਆਂ ਯਾਰ ਫਿਰ ਭਾਈ ਤਿੰਨ ਪਈਆਂ ਮਾੜਾ ਜਿਹਾ ਨਾ ਕਿਤੇ ਫੱਟਾ ਜਿਹਾ ਵੱਜਾ ਠੀਕ ਹੈ ਤੇ ਇਹਦਾ ਫਿਰ ਮੁੱਲ ਹਰਪ੍ਰੀਤ ਭਾਜੀ ਇਹ ਵੀ ਜਾਇਜ਼ ਹੀ ਦੇ ਦੇਣੀ ਆ ਕਿੰਨੇ ਦੀ ਇਹ ਵੀ ਹਰਪ੍ਰੀਤ ਭਾਜੀ 28 ਦੀ ਦੇ ਦੇਣਾ 28000 ਦੀ ਹਾਂਜੀ ਬਾਕੀ ਚਲੋ ਮੌਕੇ ਤੇ ਕਰ ਦੋ ਮੌਕੇ ਤੇ ਛੋਟ ਛਾੜ ਕਰ ਦਾਂਗੇ ਠੀਕ ਹੈ ਹਰਪ੍ਰੀਤ ਭਾਜੀ ਗੱਬਣਾ ਵੜਾ ਆਪਣੇ ਕੋ ਹਾਂਜੀ ਵੀਰਾਂ ਨਾਲ ਹੱਥ ਜੋੜ ਕੇ ਬੇਨਤੀ ਆ ਇੱਥੇ ਆਣ ਕੇ ਆਪਣੀਆਂ ਪਾਸ ਕਰ ਦੋ ਹਾਂਜੀ ਜਿਹੜੇ ਨਹੀਂ ਕਿਸੇ ਵੀਰ ਭਰਾ ਕੋ ਆਇਆ ਜਾਂਦਾ ਉਹ ਵੀਡੀਓ ਕਾਲ ਤੇ ਆਪਣੀ ਪਾਸ ਕਰਾ ਲੈ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਇੱਥੇ ਪਾਸ ਕਰਕੇ ਵੇਸ ਚਾਹ ਕੇ ਤਸੱਲੀ ਕਰਕੇ ਖੜੋ ਜੀ